ਇਹ ਬਲੀਚ ਹੈਗੀ ਵਿਟਾਮਿਨ ਸੀ ਦੀ ਵਿਟਾਮਿਨ ਸੀ ਦੀ ਬਲੀਚ ਆ ਪੂਰਾ ਫੇਸ ਤੇ ਸ਼ਾਈਨ ਆਏਗਾ ਇਹਦੇ ਨਾਲ ਹਾਂ ਪੂਰਾ ਔਰ ਐਮ ਆਰ ਪੀ ਕਿੰਨੀ ਹੈ 90 ਰੁਪਏ ਓਕੇ ਵੀਰੇ ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ ਸਿਰਫ 35 ਰੁਪਏ ਦੀ ਦੇਖੋ ਇਹ ਸਟ੍ਰੇਟਨਿੰਗ ਕਰੀਮ ਹੈ ਇਹ ਸਲੂਨ ਵਗੈਰਾ ਤੇ ਯੂਜ਼ ਹੁੰਦੀ ਹੈ ਹਾਂਜੀ ਵੀਰੇ ਤੁਸੀਂ ਸਲੂਨ ਤੇ ਵਾਲ ਸਟ੍ਰੇਟ ਕਰਵਾਣੇ ਆ ਉਹਨੇ ਘੱਟੋ ਘੱਟ 1000 ਰੁਪਇਆ ਲੈਣਾ ਤੁਹਾਡੇ ਤੋਂ ਹਾਂਜੀ ਹੈਗੀ ਕਿੰਨੇ ਦੀ 90 ਰੁਪਏ ਦੀ ਸਿਰਫ 90 ਰੁਪਏ ਦੀ ਹੈ ਔਰ ਭਾਵੇਂ 5 ਕਰਾ ਲਓ 6 ਕਰਾ ਲਓ ਇਹ ਕਰ ਦੇਗਾ ਕੇਅਰ ਮੌਂਡ ਵਾਈਪਸ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਐਮਆਰਪੀ ਕਿੰਨੀ ਹੈ ਐਮਆਰਪੀ 200 ਹੋਏਗੀ ਆ ਦੇਖੋ 210 ਰੁਪਏ ਐਮਆਰਪੀ ਮੈਡੀਕੇਟਡ ਆਈਟਮਾਂ ਨੇ ਸਾਰੀਆਂ ਮੈਡੀਕਲ ਹਾਂ ਮੈਡੀਕਲ ਸਟੋਰ ਤੇ ਜਾਂਦੀਆਂ ਸਾਰੀਆਂ ਕਿੰਨੇ ਦਾ ਪੈਣਾ 50 ਰੁਪਏ ਦਾ ਬੰਦੇ ਓਏ ਆਈਟਮ ਹੈ ਐਲੋ ਵੀਰਾ ਜੈਲ 150 ਰੁਪਏ ਐਮਆਰਪੀ ਹੈ ਦੀ ਠੀਕ ਹੈ ਕੰਪਨੀ ਦੀ ਹੋਏਗੀ ਆ ਦੇਖੋ ਬਾਈ ਕੰਪਨੀ ਦੀ ਹੋਏਗੀ ਬਾਈ ਸੀਲ ਹਾਂਜੀ ਠੀਕ ਪੈਣੀ ਕਿੰਨੇ ਦੀ 50 ਰੁਪਏ ਦੀ 150 ਵਾਲੀ 150 ਵਾਲੀ 50 ਰੁਪਏ ਮੇਰੀ ਦੁਕਾਨਦਾਰੀ ਹੈਗੀ ਹੀ ਰੇਟਾਂ ਦੇ ਉੱਤੇ ਹੈ ਤਾਂ ਹੀ ਲੋਕੀ ਦੂਰੋਂ ਦੂਰੋਂ ਆਉਂਦੇ ਆ ਹਲੇ ਉਹੀ ਰੇਟ ਮਿਲਣਗੇ ਵੀਡੀਓ ਜਿਹੜੇ ਕਹਿ ਰਹੇ ਆ ਮੇਰੀ ਦੁਕਾਨ ਸਵੇਰੇ 10 ਵਜੇ ਖੁੱਲਦੀ ਹੈ ਤੇ ਮੇਰੇ ਕੋਲ 7 ਵਜੇ ਗਾਹਕ ਖੜੇ ਹੁੰਦੇ ਬਾਹਰ ਰੀਜ਼ਨ ਕੀ ਹੈ ਰੇਟ ਦੇ ਰਿਆਂ ਹੁਣ ਆ ਦੇਖੋ ਐਪਰੀਕੋਟ ਸਕ੍ਰੱਬ ਹੈ 160 ਰੁਪਏ ਐਮਆਰਪੀ ਹੈ ਹਾਂਜੀ ਫਰੈਸ਼ ਰੇਟ ਦਾ ਮਾਲ ਹੈ ਪੈਣਾ ਕਿੰਨੇ ਦਾ 22 ਰੁਪਏ ਦਾ ਸਿਰਫ 22 ਰੁਪਏ ਸਿਰਫ 22 ਰੁਪਏ ਦਾ ਸਿਰੋ ਗੱਲ ਮੁੱਕਦੀ ਰੇਟਾਂ ਦੇ ਇਹ ਡੀਓ ਹੈ ਜੀ ਸਾਰੇ ਅੱਧੀ ਮੈਨ ਕੰਪਨੀ ਦਾ ਡੀਓ ਹੈ ਠੀਕ ਹੈ ਜੀ ਤੇ ਐਮਆਰਪੀ ਚੈੱਕ ਕਰ ਸਕਦੇ ਹੋ 250 ਐਮਆਰਪੀ ਹੈ ਹਾਂਜੀ ਵੀਰੇ ਤੇ 2025 ਤੱਕ ਵੈਲਿਡ ਹੈ ਹਾਂਜੀ ਵੀਰੇ ਕਿੰਨੇ ਦਾ ਪੈਣਾ 50 ਰੁਪਏ ਦਾ ਸਿਰਫ 50 ਰੁਪਏ ਦਾ ਬੰਦੇ 100 ਰੁਪਏ ਤੇ ਤੁਹਾਨੂੰ ਦੋ ਪੀਸ ਦਵਾਂਗਾ 250 ਵਾਲਾ 250 ਵਾਲਾ 100 ਦੇ 250 ਰੁਪਏ ਦਾ ਇੱਕ ਵੇਚਣਾ ਹੈ ਤੁਹਾਨੂੰ 100 ਰੁਪਏ ਦੇ ਦੋ ਪੀਸ ਮੈਂ ਦੇਖੋ ਬੰਬੇ ਸ਼ੇਵਿੰਗ ਐਡੀਓ ਹੈਗਾ ਜੀ ਹਾਂਜੀ ਵੀਰੇ ਠੀਕ ਹੈ ਐਮਆਰਪੀ ਚੈੱਕ ਕਰੋ 350 ਰੁਪਿਆ ਐਮਆਰਪੀ ਹੈ ਹਾਂਜੀ ਵੀਰੇ ਪੈਣਾ ਕਿੰਨੇ ਦਾ 60 ਰੁਪਏ ਦਾ ਸਿਰਫ 60 ਰੁਪਏ ਦਾ 350 ਵਾਲਾ ਬਾਈ ਦਾ ਰੇਟ ਸੁਣ ਕੇ ਮੈਂ ਖੁਦ ਹੈਰਾਨ ਹੋ ਗਿਆ ਔਰ ਕੰਪਨੀ ਦੀ ਚੀਜ਼ ਹੋਏਗੀ ਠੀਕ ਹੈ ਸਭ ਤੋਂ ਵੱਡੀ ਗੱਲ ਸਸਤਾ ਪੈਂਦਾ ਬਾਈ ਇਹ ਦੇਖੋ ਐਰੀਓ ਦਾ ਡੀਓ ਹੈ ਤੇ 250 ਰੁਪਿਆ ਐਮਆਰਪੀ ਹੈ ਪੈਣਾ ਕਿੰਨੇ ਦਾ 70 ਰੁਪਏ ਦਾ ਬੰਦੇ ਬਾਈ ਕੋਈ ਵੀ ਆਈਟਮ ਫੜ ਲਓ ਇਹ ਆਸਤਾ ਮੇਰੀ ਦਾ ਸਨ ਹੈਗਾ ਐਸਪੀਐਫ 50% ਲੈਸ ਤੇ ਦਵਾਂਗਾ ਤੁਹਾਨੂੰ 50% ਤੇ 50% ਟੀਟ ਐਂਡ ਫੇਸ ਵਾਸ਼ ਹੁੰਦੇ ਆ ਜਿੱਦਾਂ ਫੇਸ ਤੇ ਟੈਨ ਹੋ ਜਾਂਦੀ ਹੈ ਫੇਸ ਤੇ ਮੈਲ ਜੰਮ ਜਾਂਦੀ ਜਾਂ ਟੈਨ ਹੋ ਜਾਂਦੀ ਟੈਨਿੰਗ ਹੋ ਜਾਂਦੀ ਹੈ ਇਹ ਚੀਜ਼ਾਂ ਦੇ ਹਨਾ ਆ ਟੀਟ ਐਂਡ ਫੇਸ ਵਾਸ਼ ਹੈ ਓਕਸੀ ਦਾ ਤੇ ਪੈਣਾ ਕਿੰਨੇ ਦਾ 50% ਲੈਸ ਤੇ 50% ਐਮਆਰਪੀ ਤੋਂ ਹਾਫ ਰੇਟ ਬਸ ਠੀਕ ਹੈ ਹੁਣ ਆ ਦੇਖੋ ਭਾਜੀ ਵੈਕਸ ਲੈ ਕੇ ਚੱਲੇ ਆ ਭਾਜੀ ਤੁਹਾਨੂੰ 50 ਰੁਪਏ ਦੀ ਕੋਈ ਵੈਕਸ ਦਿੰਦਾ ਮਾਰਕੀਟ 'ਚ ਹੈ ਹੀ ਨਹੀਂ ਵਧੀਆ ਹੁੰਦੀ ਹੈ ਵੈਕਸ ਰਿਜ਼ਲਟ ਕਿਦਾਂ ਰਿਜ਼ਲਟ ਭਾਜੀ ਕਸਟਮਰਸ ਤਾਂ ਵਧੀਆ ਕਹਿ ਕੇ ਜਾਂਦੇ ਨੇ ਆਹੀ ਦੁਬਾਰਾ ਰਿਪੀਟ ਹੋ ਰਿਹਾ ਆਲਮੋਸਟ ਮੇਰੇ ਹਫਤੇ 'ਚ 3 ਗੇੜੇ ਨਾ ਦੇ ਨਾਲ ਦੇ ਓਕੇ ਵੀ ਆ ਕੰਪਨੀ ਦਾ ਫੇਸ ਵਾਸ਼ ਹੈ ਬ੍ਰਾਂਡਡ ਬਬਲਸ ਵਾਲਾ ਫੇਸ ਵਾਸ਼ ਹੈ ਚੈੱਕ ਕਰੋ ਹਾਂਜੀ ਠੀਕ ਹੈ ਜੀ ਐਮਆਰਪੀ ਹੈਗੀ ਹੈ ਪਰ ਪੀਸ ਦੇ ਉੱਤੇ 99 ਐਮਆਰਪੀ ਹੈ 100 ਰੁਪਏ ਐਮਆਰਪੀ ਫਰੈਸ਼ ਰੇਟ ਦਾ ਮਾਲ ਬਾਈ 1 ਗੈਟ 1 ਦਵਾਂਗਾ ਤੁਹਾਨੂੰ ਤੁਹਾਨੂੰ ਦਵਾਂਗਾ 80 ਰੁਪਏ ਦੇ 2 ਪੀਸ ਐਮਆਰਪੀ ਕਿੰਨੀ ਹੈ 100 ਰੁਪਏ 80 ਦੇ 2 ਦੇ ਦੋਗੇ ਤੁਸੀਂ 80 ਦੇ 2 40 ਰੁਪਏ ਦਾ ਤੁਹਾਨੂੰ ਪੈ ਗਿਆ ਇਹ ਡੈਨਵਰ ਹਾਂਜੀ ਵੀਰੇ ਇਹ ਤੁਹਾਨੂੰ ਪੈਣਾ ਇੱਕ ਦੇ ਨਾਲ ਇੱਕ ਫ੍ਰੀ ਓਕੇ ਵੀਰੇ ਠੀਕ ਹੈ ਜੀ ਨੀਲ ਪੈਂਟ ਹੈ ਹਾਂਜੀ ਕਿੱਡੇ ਸ਼ੇਡ ਆ ਇਹਦੇ ਚ ਹਨਾ ਹਾਂਜੀ ਵੀਰੇ ਔਰ ਕਿੱਡੀ ਨੀਲ ਪੈਂਟ ਹੈ ਚੈੱਕ ਕਰੋ ਕਿੰਨੇ 10 ਰੁਪਏ ਦੀ ਨੀਲ ਪੈਂਟ ਹੈ ਓਕੇ ਤੁਸੀਂ 100 ਰੁਪਏ ਤੋਂ ਘੱਟ ਨਹੀਂ ਵੇਚਣਾ ਸਾਰੇ ਕਲਰ ਨੇ ਮੇਰੇ ਸਾਰੇ ਕਲਰ ਠੀਕ ਹੈ ਵੀਰੇ ਠੀਕ ਹੈ ਜੀ ਐ ਲੋ ਮੇਰੀ ਭੈਣ ਤੁਸੀਂ ਵੀ ਲਓ ਮੈਂ ਬਲੀਚਾਂ ਤੁਸੀਂ ਹੋਰ ਵੀ ਕਾਫੀ ਦੇਖੀਆਂ ਪਿਓਰ ਰੂਟ ਦੀਆਂ ਦੂਜੀਆਂ ਇਹ ਦੇਖੋ ਆ ਸਾਰੀਆਂ ਬਲੀਚਾਂ ਤੁਹਾਨੂੰ ਸਾਰੀਆਂ ਬਲੀਚਾਂ ਆਲਰੇਡੀ ਦਿਖਾਈਆਂ ਹੋਈਆਂ ਆਪਾਂ ਹਾਂਜੀ 75 ਰੁਪਏ ਐਮਆਰਪੀ ਹਾਂਜੀ ਤੇ 18 ਦੀ ਪੈਂਦੀ ਹੈ 75 18 ਦੀ ਦੋਗੇ 18 ਰੁਪਏ ਦੀ 75 ਐਮਆਰਪੀ 18 ਰੁਪਏ ਦੀ ਬਲੀਚ ਹੈਲੋ ਦੀਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਫੇਰ ਆਇਆ ਫੀਲਡਗੰਜ ਕੋਸਮੈਟਿਕ ਦਾ ਤੁਹਾਨੂੰ ਦਿਖਾਉਂਦੇ ਹਾਂ ਹੋਰ ਸਮਾਨ ਅਤੇ ਰੇਟ ਸੁਣ ਕੇ ਹੈਰਾਨ ਰਹਿ ਜਾਓਗੇ ਜੀ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਰੇਟ ਕਿੱਦਾਂ ਦੇ ਕੰਪਨੀ ਦੀ ਟੌਪ ਦੀ ਚੀਜ਼ ਤੁਹਾਨੂੰ ਇੰਨੇ ਘੱਟ ਰੇਟਾਂ 'ਚ 50% ਤੋਂ ਉੱਪਰ ਲੈਸ ਦੇ ਦੂੰ ਵੀਡੀਓ ਨਾਲ ਬਣੇ ਰਹੋ ਹਾਂਜੀ ਭਾਅ ਜੀ ਕੀ ਦਿਖਾਓਗੇ ਫਿਰ ਅੱਜ ਸਾਨੂੰ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਅਤੇ ਆਈਟਮਾਂ ਤੁਹਾਨੂੰ ਅੱਜ ਫੇਰ ਦਿਖਾਉਂਦੇ ਹਾਂ ਕਾਫੀ ਆਈਟਮਾਂ ਔਰ ਨਵੀਆਂ ਤੁਹਾਨੂੰ ਸਾਰੀਆਂ ਆਈਟਮਾਂ ਦਿਖਾਵਾਂਗੇ ਪਹਿਲਾਂ ਤੁਸੀਂ ਇੱਕ ਵਾਰੀ ਦੁਕਾਨ 'ਤੇ ਕੈਮਰਾ ਮਾਰੋ ਤੁਹਾਨੂੰ ਪਤਾ ਲੱਗੇ ਸਾਡੇ ਕੋਲ ਕਿਹੜੀ ਕਿਹੜੀ ਆਈਟਮ ਹੁੰਦੀ ਇੱਦਾਂ ਦੀ ਆਈਟਮ ਹੈ ਜਿਹੜੀ ਤੁਹਾਡੇ ਕੋਲ ਨਹੀਂ ਹੁੰਦੀ ਏ ਟੂ ਜੈਡ ਸਾਰੀ ਆਈਟਮ ਹੁੰਦੀ ਲੇਡੀਜ਼ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀ ਆਈਟਮ ਹੁੰਦੀ ਸਾਡੇ ਕੋਲ ਓਕੇ ਜੀ
ਤੇ ਕਾਫੀ ਫੋਨ ਆਂਦੇ ਆ ਉਹਨਾਂ ਨੂੰ ਮੇਰੀ ਲੋਕੇਸ਼ਨ ਨਹੀਂ ਪਤਾ ਲੱਗਦੀ ਮੇਰੀ ਲੋਕੇਸ਼ਨ ਹੈਗੀ ਹੈ ਲੁਧਿਆਣਾ ਫੀਲਡਗੰਜ ਗਲੀ ਨੰਬਰ 11 ਸਾਗਰ ਕੋਸਮੈਟਿਕ ਸਾਗਰ ਕੋਸਮੈਟਿਕ ਤੁਸੀਂ ਜਿੰਨੂੰ ਮਰਜ਼ੀ ਪੁੱਛ ਸਕਦੇ ਹੋ ਨੰਬਰ ਬੋਲ ਦੇ ਭਾਈ ਇੱਕ 81980 44980 ਮੇਰਾ ਨੰਬਰ ਹੈ 8198044980 ਔਰ ਫੋਨ ਨਹੀਂ ਚੱਕੇ ਜਾਂਦੇ ਕਈਆਂ ਦੇ ਅਤੇ ਉਹਨਾਂ ਨੂੰ ਗੁਸਤਾਖੀ ਮਾਫ਼ ਕਹਿੰਦਾ ਕਿਉਂਕਿ ਕਸਟਮਰ ਹੁੰਦਾ ਤਾਂ ਨਹੀਂ ਚੱਕਿਆ ਜਾਂਦਾ ਔਰ ਕਈ ਵਾਰੀ ਫੋਨ 'ਤੇ ਹੁੰਦੇ ਆ ਕਈ ਕੋਲ ਨਾ ਵੇਟਿੰਗ 'ਤੇ ਹੁੰਦੀਆਂ ਅਤੇ ਪਲੀਜ਼ ਉਹ ਦੁਬਾਰਾ ਸ਼ਾਮ ਨੂੰ ਕਰ ਲੈਣ ਕਰਨ ਕਸਟਮਰ ਕਹਿੰਦੇ ਵੀ ਫੋਨ ਨਹੀਂ ਚੱਕਦਾ ਅਤੇ ਹਾਂ ਆਓ ਤੁਹਾਨੂੰ ਅੱਜ ਕਾਫ਼ੀ ਆਈਟਮਾਂ ਦਿਖਾਉਂਦੇ ਹਾਂ ਸਭ ਤੋਂ ਪਹਿਲੇ ਤੁਹਾਨੂੰ ਡੀਓ ਦਿਖਾਉਂਦੇ ਹਾਂ ਡੀਟ੍ਰੈਂਡ ਇਹ ਦੇਖੋ ਇਹ ਡੀਓ ਹੈ ਜੀ ਸਾਰੇ ਇਹਦੀ ਮੈਨ ਕੰਪਨੀ ਦਾ ਡੀਓ ਹੈ ਠੀਕ ਹੈ ਜੀ ਅਤੇ ਐੱਮ ਆਰ ਪੀ ਚੈੱਕ ਕਰ ਸਕਦੇ ਹੋ 250 MRP ਹੈ ਹਾਂਜੀ ਵੀਰੇ ਅਤੇ 2025 ਤੱਕ ਵੈਲਿਡ ਹੈ ਹਾਂਜੀ ਵੀਰੇ ਕਿੰਨੇ ਦਾ ਪੈਣਾ 50 ਰੁਪਏ ਦਾ ਸਿਰਫ 50 ਰੁਪਏ ਦਾ 100 ਰੁਪਏ ਦੇ ਤੁਹਾਨੂੰ 2 ਪੀਸ ਦੇਵਾਂਗਾ 250 ਵਾਲਾ 250 ਵਾਲਾ ਤੁਸੀਂ 250 ਰੁਪਏ ਦਾ ਇੱਕ ਵੇਚਣਾ ਤੁਹਾਨੂੰ 100 ਰੁਪਏ ਦੇ 2 ਪੀਸ ਬੱਲੇ ਬੱਲੇ ਕਰਾਈ ਪਈ ਆ ਮੈਂ ਕਿਹਾ ਵੀਰੇ ਤਾਂ ਹੀ ਪਰਮਾਤਮਾ ਦੀ ਮਿਹਰ ਨਾਲ ਘੈਂਟ ਹੈ ਹੁਣ ਇਹ ਦੇਖੋ ਬੋਂਬੇ ਸ਼ੇਵਿੰਗ ਇਹ ਡੀਓ ਹੈਗਾ ਜੀ ਹਾਂਜੀ ਠੀਕ ਹੈ ਐੱਮ ਆਰ ਪੀ ਚੈੱਕ ਕਰੋ 350 ਰੁਪਇਆ ਐੱਮ ਆਰ ਪੀ ਹੈ ਹਾਂਜੀ ਪੈਣਾ ਕਿੰਨੇ ਦਾ 60 ਰੁਪਏ ਦਾ ਸਿਰਫ 60 ਰੁਪਏ ਦਾ 350 ਵਾਲਾ ਬਾਈ ਦਾ ਰੇਟ ਸੁਣ ਕੇ ਮੈਂ ਖੁਦ ਹੈਰਾਨ ਹੋ ਗਿਆ ਔਰ ਕੰਪਨੀ ਦੀ ਚੀਜ਼ ਹੋਏਗੀ ਠੀਕ ਹੈ ਸਭ ਤੋਂ ਵੱਡੀ ਗੱਲ ਐਂ ਕੋਈ ਲੋਕਲ ਮਾਲ ਨਹੀਂ ਹੈਗਾ ਹਾਂ ਸਾਰੀ ਕੰਪਨੀ ਦੀ ਚੀਜ਼ ਹੋਊਗੀ ਬਿਲਕੁਲ ਬਿੱਲ ਲੈਣਾ ਪੱਕਾ ਬਿੱਲ ਵੀ ਮਿਲੂਗਾ ਪੱਕਾ ਬਿੱਲ ਮਿਲੇਗਾ ਤੁਹਾਨੂੰ ਬਿਲਕੁਲ ਕਿਉਂਕਿ ਕੰਪਨੀ ਦੀ ਪਰਚੇਜ਼ਿੰਗ ਹੈ ਨਾ ਤਾਂ ਕਰਕੇ ਆਪਾਂ ਦੇ ਸਕਦੇ ਆ ਤੁਹਾਨੂੰ ਆਪਾਂ ਇਕੱਠਾ ਇਹ ਵੱਧ ਸਮਾਨ ਚੱਕ ਰਿਹਾ ਤਾਂ ਕਰਕੇ ਸਸਤਾ ਪੈਂਦਾ ਬਾਈ ਇਹ ਦੇਖੋ ਇਹ ਰੀਓ ਦਾ ਡੀਓ ਹੈ ਤੇ 250 ਰੁਪਇਆ ਐੱਮ ਆਰ ਪੀ ਹੈ ਪੈਣਾ ਕਿੰਨੇ ਦਾ 70 ਰੁਪਏ ਦਾ ਬੱਲੇ ਬਾਈ ਕਮਾਲ ਕਰੀ ਜਾਂਦਾ ਹੁਣ ਇਹ ਦੇਖੋ ਇਹ ਡੈਨਵਰ ਹਾਂਜੀ ਵੀਰੇ ਇਹ ਤੁਹਾਨੂੰ ਪੈਣਾ ਇੱਕ ਦੇ ਨਾਲ ਇੱਕ ਫ੍ਰੀ ਓਕੇ ਵੀਰੇ ਠੀਕ ਹੈ ਜੀ ਡੈਨਵਰ ਦੇ ਐੱਮ ਆਰ ਪੀ ਚੈੱਕ ਕਰੋ ਤੁਸੀਂ 275 ਰੁਪਏ ਐੱਮ ਆਰ ਪੀ ਹੈ ਹਾਂਜੀ ਵੀਰੇ ਠੀਕ ਹੈ ਫਰੈਸ਼ ਰੇਟ ਦਾ ਮਾਲ ਹੋਏਗਾ 24 ਘੰਟੇ ਐਡ ਆ ਟੀਵੀ ਤੇ ਤੇ ਆਪਾਂ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਦੇ ਰਹੇ ਹਾਂ ਬੱਲੇ ਬਾਈ ਤੁਹਾਨੂੰ 250 ਰੁਪਏ ਦੇ 2 ਪੀਸ ਦੇਵਾਂਗਾ ਤੁਸੀਂ 275 ਦਾ ਇੱਕ ਸੇਲ ਕਰਨਾ ਹੈ ਤੁਹਾਨੂੰ 250 ਦੇ 2 ਐੱਮ ਆਰ ਪੀ ਠੀਕ ਹੈ ਜੀ 250 ਹੈ ਹਾਂ ਇਹ ਦੇਖੋ ਇਹ ਪਾਰਕ ਮੈਨੂ ਦਾ ਡੀਓ ਆ ਹਨਾ ਹਰੇਕ ਚੀਜ਼ ਤੁਹਾਨੂੰ ਕੰਪਨੀ ਦੀ ਦਿਖਾਵਾਂਗੇ ਜਿੱਦਾਂ ਸਾਡੀ ਦੁਕਾਨਦਾਰੀ ਹੈ ਉੱਦਾਂ ਹੀ ਸੇਮ ਤੁਹਾਡੀ ਹੈ ਠੀਕ ਹੈ ਜੀ ਹੁਣ ਇਹ ਵੀ ਤੁਹਾਨੂੰ ਬਾਏ 1 ਗੈਟ 1 ਦੇਵਾਂਗੇ ਇਹਦੀ ਵੀ ਐੱਮ ਆਰ ਪੀ 250 ਰੁਪਏ ਐੱਮ ਆਰ ਪੀ ਹੈ ਫਰੈਸ਼ ਰੇਟ ਦਾ ਮਾਲ ਹੈ ਇਹ ਦੇਖੋ 2026 ਤੱਕ ਵੈਲਿਡ ਹੈ ਹਾਂਜੀ ਤੇਈ 'ਚ ਬਣਿਆ ਅਤੇ ਇੱਕ ਦੇ ਨਾਲ ਇੱਕ ਫ੍ਰੀ 240 ਦੇ 2 ਪੀਸ ਦੇਵਾਂਗਾ ਤੁਹਾਨੂੰ ਠੀਕ ਹੈ ਹੁਣ ਇਹ ਦੇਖੋ ਇਹ ਬੱਚੇ ਦੇ ਆਪਣਾ ਫੇਸ ਵਾਈਪਸ ਆ ਜਾਂਦੇ ਫੇਸ਼ੀਅਲ ਵਾਈਪਸ ਆ ਬੇਬੀ ਵਾਈਪਸ ਹਨਾ ਹਾਂਜੀ ਵੀਰੇ ਇਹ ਤੁਹਾਨੂੰ ਕਿੰਨੇ ਦਾ ਪੈਣਾ 100 ਵਾਲਾ 22 ਰੁਪਏ ਦਾ ਪੈਣਾ ਐੱਮ ਆਰ ਪੀ ਕਿੰਨੀ ਆ ਤੁਸੀਂ ਮੈਡੀਕਲ 'ਤੇ ਲਓਗੇ ਨਾ ਜਾ ਕੇ ਤੁਹਾਨੂੰ 70-80 ਰੁਪਏ ਤੋਂ ਘੱਟ ਨਹੀਂ ਮਿਲਣਾ ਤੁਹਾਨੂੰ ਕਿੰਨੇ ਦਾ ਦੇਣਾ 22 ਓਨਲੀ ਬੰਦੇ ਬਾਈ ਸਿਰਫ 22 ਰੁਪਏ ਦਾ ਔਰ ਕੰਪਨੀ ਦਾ ਹੋਏਗਾ ਭਾਜੀ ਟੋਪੀ ਕੰਪਨੀ ਦਾ ਟੋਪੀ ਟੋਪ ਦੀ ਕੰਪਨੀ ਹੈ ਨਾ ਜੀ ਪਾ ਦਿਓ ਸਕੈਨਰ ਦੇ ਆ ਦੇਖੋ ਆ ਟੋਪੀ ਕੰਪਨੀ ਦਾ ਵਾਈਪਸ ਹੈ ਬੇਬੀ ਵਾਈਪਸ ਓਕੇ ਐੱਮ ਆਰ ਪੀ ਚੈੱਕ ਕਰੋ ਇਹਦੀ ਕਿੰਨੀ ਹੈ 160 ਰੁਪਏ ਐੱਮ ਆਰ ਪੀ ਹੈ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 45 ਓਨਲੀ ਠੀਕ ਹੈ ਵੀਰੇ ਠੀਕ ਹੈ ਜੀ ਹੋਰ ਵੀ ਵਾਈਪਸ ਆਉਂਦੇ ਆ ਆ ਦੇਖੋ ਕੇਅਰ ਮੌਂਡ ਵਾਈਪਸ ਹੈ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਐੱਮ ਆਰ ਪੀ ਕਿੰਨੀ ਹੈ ਐੱਮ ਆਰ ਪੀ 200 ਹੋਏਗੀ ਆ ਦੇਖੋ 210 ਰੁਪਏ ਐੱਮ ਆਰ ਪੀ ਮੈਡੀਕੇਟਡ ਆਈਟਮਾਂ ਨੇ ਸਾਰੀਆਂ ਮੈਡੀਕਲ ਹਾਂ ਮੈਡੀਕਲ ਸਟੋਰ 'ਤੇ ਜਾਂਦੀਆਂ ਸਾਰੀਆਂ ਕਿੰਨੇ ਦਾ ਪੈਣਾ 50 ਰੁਪਏ ਦਾ ਬੰਦੇ ਉਹੀ ਸਰ ਇਹ ਕਰੀ ਜਾਂਦਾ ਆ ਸਾਰੀਆਂ ਮੈਡੀਕੇਟਡ ਆਈਟਮਾਂ ਹੁੰਦੀਆਂ ਕਿਉਂਕਿ ਬੇਬੀ ਨੂੰ ਲੱਗਣੀਆਂ ਨਾ ਹਾਂਜੀ ਹਾਂ ਆ ਸਾਰੇ ਡੀਓ ਲੱਗੇ ਆ ਪਰਫਿਊਮ ਲੱਗੇ ਆ ਓਰੀਜਨਲ ਆ ਬਾਈ ਆ ਹਿਮਾਲਿਆ ਦਾ ਮਾਲ ਆ ਗਿਆ 35 ਲੈਸ ਤੇ 35 ਲੈਸ 35% 35% ਤੇ ਹਿਮਾਲਿਆ ਦਾ 35% ਲੈਸ ਤੇ ਆ ਦੇਖੋ ਇਹ ਮਹਿੰਦੀ ਦੇ ਡੱਬੇ ਆ ਮਹਿੰਦੀਆਂ ਜਿੱਦਾਂ ਹਾਂ ਉਹ ਦਾ ਡੱਬਾ 30 ਰੁਪਏ ਦਾ ਓਕੇ 30 ਰੁਪਏ ਦਾ ਡੱਬਾ ਤੇ 120 ਰੁਪਏ ਦਾ ਸੇਲ ਹੋਣਾ ਦੱਸੋ ਹੈ ਗੱਲਬਾਤ ਪੂਰੀ 120 ਵਾਲਾ 30 ਦੇ ਵਿੱਚ ਦਿੰਨੇ ਹੋ ਇਦੂ ਪਰ ਗੱਲਬਾਤ ਕੀ ਹੋ ਮੈਂ ਕਿਹਾ ਪ੍ਰਮਾਤਮਾ ਦੀ ਮਿਹਰ ਨਾਲ ਤੱਕ ਪਾਈ ਹੋਈ ਆ ਆਪਾਂ ਹਾਂ ਇਹ ਤਾਂ ਹੈ ਵੀਰ ਸਾਗਰ ਸਾਗਰ ਹੁੰਦੀ ਹੈ ਹਾਂਜੀ ਹਾਂਜੀ ਕਿੰਨੇ ਪੀਸ ਹੈ ਬਸ ਠੀਕ ਹੈ ਹੁਣ ਇਹ ਦੇਖੋ ਭਾਜੀ ਵੈਕਸ ਲੈ ਕੇ ਚੱਲੇ ਆ ਭਾਜੀ ਇਹ ਤੁਹਾਨੂੰ 50 ਰੁਪਏ ਦੀ ਕੋਈ ਵੈਕਸ ਦਿੰਦਾ ਮਾਰਕੀਟ 'ਚ ਹੈ ਹੀ ਨਹੀਂ ਵਧੀਆ ਹੁੰਦੀ ਹੈ ਵੈਕਸ ਰਿਜ਼ਲਟ ਕਿੱਦਾਂ ਰਿਜ਼ਲਟ ਭਾਜੀ ਕਸਟਮਰਸ ਤਾਂ ਵਧੀਆ ਕਹਿ ਕੇ ਜਾਂਦੇ ਨੇ ਤਾਂ ਇਹ ਦੁਬਾਰਾ ਰਿਪੀਟ ਹੋ ਰਿਹਾ ਆਲਮੋਸਟ ਮੇਰੇ ਹਫਤੇ 'ਚ 3 ਗੇੜੇ ਨਾਲ ਦੇ ਨਾਲ ਦੇ ਓਕੇ ਭਾਜੀ ਥੈਂਕ ਯੂ ਇਹ ਦੇਖੋ 30 ਰੁਪਏ ਦਾ ਸਿਰਫ ਡੱਬਾ ਹੈ ਮਹਿੰਦੀ ਦਾ ਇਹ ਨੇਹਾ ਦਾ ਡੱਬਾ ਆ 35 ਰੁਪਏ ਦਾ
ओके ਤੁਸੀਂ 120 ਰੁਪਏ ਦਾ ਹੀ ਸੇਲ ਕਰਨਾ ਠੀਕ ਹੈ ਤੁਹਾਨੂੰ 35 ਰੁਪਏ ਦਾ ਡੱਬਾ ਪਿਆ ਕਹਿਣ ਦਾ ਮਤਲਬ ਇਹ ਆ ਵੀ 3 ਰੁਪਏ ਤੋਂ ਘੱਟ ਪੈ ਗਈ ਤੁਹਾਨੂੰ ਤੁਸੀਂ 10 ਰੁਪਏ ਦਾ ਸੇਲ ਕਰ ਬਹੁਤ ਫਰਕ ਆ ਬਈ ਹੁਣ ਇਹ ਲਿਪਸਟਿਕਾਂ ਇਹ ਬ੍ਰਸ਼ ਵਾਲੀ ਲਿਪਸਟਿਕ ਹੈ 13 ਰੁਪਏ ਦੀ ਪੈਂਦੀ ਤੁਹਾਨੂੰ ਵੈਸੇ ਕਿੰਨੇ ਦੀ ਹੈ ਤੁਸੀਂ ਬਾਜ਼ਾਰੋਂ 50 ਰੁਪਏ ਦੀ ਲੈਣੀ ਘੱਟੋ ਘੱਟ 13 ਰੁਪਏ ਦੇ ਦੋ 13 ਰੁਪਏ ਦੀ ਲਿਪਸਟਿਕ ਇਹ ਦੇਖੋ ਇਹ ਨੇਲ ਪੇਂਟ ਹੈ ਹਾਂਜੀ ਕਿੱਡੇ ਸ਼ੇਡ ਆ ਇਹਦੇ ਚ ਹਨਾ ਹਾਂਜੀ ਔਰ ਕਿੱਡੀ ਨੇਲ ਪੇਂਟ ਹੈ ਚੈੱਕ ਕਰੋ ਕਿੰਨੇ 10 ਰੁਪਏ ਦੀ ਨੇਲ ਪੇਂਟ ਹੈ ਓਕੇ ਤੁਸੀਂ 100 ਰੁਪਏ ਤੋਂ ਘੱਟ ਨਹੀਂ ਵੇਚਣਾ ਸਾਰੇ ਕਲਰ ਨੇ ਮੇਰੇ ਸਾਰੇ ਕਲਰ ਠੀਕ ਹੈ ਠੀਕ ਹੈ ਜੀ ਹੈਲੋ ਮੇਰੀ ਭੈਣ ਤੁਸੀਂ ਵੀ ਲਓ ਮੈਂ O3 ਪਲੱਸ ਦਾ ਫੇਸ਼ੀਅਲ ਹੈ ਅਤੇ ਤੁਹਾਨੂੰ 32% ਲੈਸ ਮਿਲੇਗੀ 32% 32% ਲੈਸ ਮਿਲੇਗੀ ਓਕੇ ਹੈਲੋ ਦੀਦੀ ਤੇ ਰੱਬ ਦਾ ਡੱਬ ਲੱਗ ਰਹੇ ਆਓ ਅੱਗੇ ਤੁਹਾਨੂੰ ਆਈਟਮਾਂ ਦਿਖਾਣੇ ਆ ਬਲੀਚਾਂ ਤੁਸੀਂ ਹੋਰ ਵੀ ਕਾਫੀ ਦੇਖੀਆਂ ਪਿਓਰ ਰੂਟ ਦੀਆਂ ਦੂਜੀਆਂ ਇਹ ਦੇਖੋ ਇਹ ਸਾਰੀਆਂ ਬਲੀਚਾਂ ਤੁਹਾਨੂੰ ਸਾਰੀਆਂ ਬਲੀਚਾਂ ਆਲਰੇਡੀ ਦਿਖਾਈਆਂ ਹੋਈਆਂ ਆਪਾਂ ਹਾਂਜੀ 75 ਰੁਪਏ MRP ਹਾਂਜੀ ਤੇ 18 ਦੀ ਪੈਂਦੀ ਹੈ 75 18 ਜਦੋਂ ਕਿ 18 ਰੁਪਏ ਦੀ 75 MRP 18 ਰੁਪਏ ਦੀ ਬਲੀਚ ਹੈਲੋ ਦੀਦੀ ਹੁਣ ਇਹ ਦੇਖੋ ਇਹ ਬਲੀਚ ਹੈਗੀ ਵਿਟਾਮਿਨ ਸੀ ਦੀ ਵਿਟਾਮਿਨ ਸੀ ਦੀ ਬਲੀਚ ਆ ਪੂਰਾ ਫੇਸ ਤੇ ਸ਼ਾਈਨ ਆਏਗਾ ਇਹਦੇ ਨਾਲ ਹਾਂ ਪੂਰਾ ਔਰ MRP ਕਿੰਨੀ ਹੈ 90 ਰੁਪਏ ਓਕੇ ਵੀਰੇ ਤੁਹਾਨੂੰ ਕਿੰਨੇ ਦੀ ਪੈਣੀ 35 ਰੁਪਏ ਦੀ ਸਿਰਫ ਸਿਰਫ 35 ਰੁਪਏ ਦੀ ਠੀਕ ਹੈ ਜੀ ਹੁਣ ਇਹ ਫੇਸ ਵਾਸ਼ ਲੱਗੇਗਾ ਇਹ ਦੇਖੋ ਆ ਕੰਪਨੀ ਦਾ ਫੇਸ ਵਾਸ਼ ਹੈ ਬ੍ਰਾਂਡਡ ਬਬਲਸ ਵਾਲਾ ਫੇਸ ਵਾਸ਼ ਹੈ ਚੈੱਕ ਕਰੋ ਹਾਂਜੀ ਵੀਰੇ ਠੀਕ ਹੈ ਜੀ MRP ਹੈਗੀ ਹੈ ਪਰ ਪੀਸ ਦੇ ਉੱਤੇ 99 MRP ਹੈ 100 ਰੁਪਏ MRP ਫਰੈਸ਼ ਰੇਟ ਦਾ ਮਾਲ ਬਾਏ 1 ਗੈਟ 1 ਦਵਾਂਗਾ ਤੁਹਾਨੂੰ ਤੁਹਾਨੂੰ ਦਵਾਂਗਾ 80 ਰੁਪਏ ਦੇ 2 ਪੀਸ MRP ਕਿੰਨੀ ਹੈ 100 ਰੁਪਏ ਹੈ 80 ਦੇ 2 ਦੇ ਦੋਗੇ ਤੁਸੀਂ 80 ਦੇ 2 40 ਰੁਪਏ ਦਾ ਤੁਹਾਨੂੰ ਪੈ ਗਿਆ ਔਰ ਮੈਡੀਕੇਟਡ ਆਈਟਮ ਹੈ ਮੈਡੀਕਲ ਸਟੋਰ ਤੇ ਜਾਓਗੇ ਉਹਨਾਂ ਨੇ ਤੁਹਾਨੂੰ 100 ਰੁਪਏ ਲੈਣਾ ਤੁਹਾਡੇ ਕੋਲ ਹਾਂ 100 ਤੋਂ ਘੱਟ ਨਹੀਂ ਦਿੰਦੇ ਪੱਕੀ ਗੱਲ ਕੋਈ ਵੀ ਆਈਟਮ ਫੜ ਲਓ ਇਹ ਆਸਤਾ ਮੈਰੀ ਦਾ ਸਨ ਹੈਗਾ SPF 50% ਲੈਸ ਤੇ ਦਵਾਂਗਾ ਤੁਹਾਨੂੰ 50% ਤੇ 50% ਮੈਂ ਦੇਖੋ ਇਹ ਡੀਟਨ ਫੇਸ ਵਾਸ਼ ਹੁੰਦੇ ਆ ਜਿੱਦਾਂ ਫੇਸ ਤੇ ਟੈਨ ਹੋ ਜਾਂਦੀ ਹੈ ਫੇਸ ਤੇ ਮੈਲ ਜੰਮ ਜਾਂਦੀ ਜਾਂ ਟੈਨ ਹੋ ਜਾਂਦੀ ਟੈਨਿੰਗ ਹੋ ਜਾਂਦੀ ਹੈ ਇਹ ਚੀਜ਼ਾਂ ਦੇ ਹਨਾ ਇਹ ਡੀਟਨ ਫੇਸ ਵਾਸ਼ ਹੈ ਓਕਸੀ ਦਾ ਤੇ ਪੈਣਾ ਕਿੰਨੇ ਦਾ 50% ਲੈਸ ਤੇ 50% MRP ਤੋਂ ਹਾਫ ਰੇਟ ਓਕੇ ਵੀਰੇ ਹੁਣ ਇਹ ਦੇਖੋ ਇਹ ਚਾਰਕੋਲ ਫੇਸ ਵਾਸ਼ ਆ ਗਿਆ ਇੱਧਰ ਦੇਖੋ ਇਹ ਆ ਗਈ ਆਸਤਾ ਮੇਰੀ ਫੇਸ਼ੀਅਲ ਕਿੱਟ ਹਾਂ ਇਹ ਬਹੁਤ ਦਿਖਾਈ ਹੈ ਤੁਸੀਂ ਹਾਂ ਪਹਿਲੇ ਵੀ ਦਿਖਾਈ ਹੈ 150 ਰੁਪਏ ਦੀ ਸੇਲ ਹੋਣੀ ਹੈ ਕਿੰਨੇ ਦੀ 40 ਰੁਪਏ ਦੀ ਪੈਣੀ ਹੈ ਸਿਰਫ ਸਿਰਫ 40 ਰੁਪਏ ਦੀ ਕੋਈ ਵੀ ਚੱਕ ਲਓ ਹੁਣ ਇਹ ਸਟ੍ਰੇਟਨਿੰਗ ਕਰੀਮ ਆ ਗਈ ਇਹ ਦੇਖੋ ਇਹ ਸਟ੍ਰੇਟਨਿੰਗ ਕਰੀਮ ਹੈ ਇਹ ਸਲੂਨ ਵਗੈਰਾ ਤੇ ਯੂਜ਼ ਹੁੰਦੀ ਹੈ ਹਾਂਜੀ ਵੀਰੇ ਤੁਸੀਂ ਸਲੂਨ ਤੇ ਵਾਲ ਸਟ੍ਰੇਟ ਕਰਵਾਣੇ ਆ ਉਹਨੇ ਘੱਟੋ ਘੱਟ 1000 ਰੁਪਿਆ ਲੈਣਾ ਤੁਹਾਡੇ ਤੋਂ ਹਾਂਜੀ ਹੈਗੀ ਕਿੰਨੇ ਦੀ 90 ਰੁਪਏ ਦੀ ਸਿਰਫ ਸਿਰਫ 90 ਰੁਪਏ ਦੀ ਹੈ ਔਰ ਭਾਵੇਂ 5 ਕਰਾ ਲਓ 6 ਕਰਾ ਲਓ ਇਹ ਕਰ ਦੇਗਾ ਓਕੇ ਵੀਰੇ ਕਿ ਮੁੰਡਿਆਂ ਦੇ ਵਾਲ ਹੁੰਦੇ ਛੋਟੇ ਛੋਟੇ ਤੇ ਹੋਰ ਵੀ ਆ ਦੇਖੋ ਕਾਫੀ ਆਈਟਮ ਹੈ ਐਲੋਵੇਰਾ ਜੈਲ ਲਾ 150 ਰੁਪਏ MRP ਹੈ ਦੀ ਠੀਕ ਹੈ ਕੰਪਨੀ ਦੀ ਹੋਏਗੀ ਇਹ ਦੇਖੋ ਬਾਈ ਕੰਪਨੀ ਦੀ ਹੋਏਗੀ ਬਾਈ ਸੀਲ ਹਾਂਜੀ ਤੇ ਪੈਣੀ ਕਿੰਨੇ ਦੀ 50 ਰੁਪਏ ਦੀ 150 ਵਾਲੀ 150 ਵਾਲੀ 50 ਰੁਪਏ ਦੇ ਵਿੱਚ ਹੋਰ ਇਹ ਸਕ੍ਰੱਬ ਵਗੈਰਾ ਆ ਤੇ ਤੁਹਾਨੂੰ ਪਤਾ ਸਾਰੇ ਮੇਰੀ ਦੁਕਾਨਦਾਰੀ ਕਿੱਦਾਂ ਹੈ ਮੈਂ ਸਾਰੇ ਰੇਟ ਓਪਨ ਕਰ ਦਿੰਦਾ ਮੇਰੀ ਦੁਕਾਨਦਾਰੀ ਹੈਗੀ ਹੀ ਰੇਟਾਂ ਦੇ ਉੱਤੇ ਹੈ ਤਾਂ ਹੀ ਲੋਕੀ ਦੂਰੋਂ ਦੂਰੋਂ ਆਉਂਦੇ ਆ ਹਲੇ ਉਹੀ ਰੇਟ ਮਿਲਣਗੇ ਵੀਡੀਓ ਜਿਹੜੇ ਕਹਿ ਰਹੇ ਆ ਮੇਰੀ ਦੁਕਾਨ ਸਵੇਰੇ 10 ਵਜੇ ਖੁੱਲਦੀ ਹੈ ਤੇ ਮੇਰੇ ਕੋਲ 7 ਵਜੇ ਗਾਹਕ ਖੜੇ ਹੁੰਦੇ ਬਾਹਰ ਰੀਜ਼ਨ ਕੀ ਹੈ ਰੇਟ ਦੇ ਰਿਆਂ ਰੇਟ ਦੇ ਰਿਆਂ ਰੇਟਾਂ ਦੇ ਗੱਲ ਮੁੱਕਦੀ ਹੈ ਕਿਉਂਕਿ ਮੈਂ ਹਰੇਕ ਚੀਜ਼ ਦੇ ਤੁਹਾਡੇ ਸਾਹਮਣੇ ਰੇਟ ਓਪਨ ਕਰਦੇ ਆ ਇਹਦਾ ਗੱਲ ਹੈ ਵੀਰੇ ਕਿਉਂਕਿ ਆਪਾਂ ਮਾਰਜਨ ਕਹਿ ਕੇ ਲੈਣਾ 2% 5% ਕਹਿ ਕੇ ਲੈਣਾ ਆਪਾਂ ਹੁਣ ਇਹ ਦੇਖੋ ਐਪਰੀਕੋਟ ਸਕ੍ਰੱਬ ਹੈ 160 ਰੁਪਏ MRP ਹੈ ਹਾਂਜੀ ਫਰੈਸ਼ ਰੇਟ ਦਾ ਮਾਲ ਹੈ ਪੈਣਾ ਕਿੰਨੇ ਦਾ 22 ਰੁਪਏ ਦਾ ਸਿਰਫ 22 ਰੁਪਏ ਦਾ ਸਿਰਫ ਗੱਲ ਮੁੱਕਦੀ ਰੇਟਾਂ ਦੇ